ਹੈਲੋ ਐਵਰੀਵਨ, ਵੈਲਕਮ ਟੂ ਦ ਟੈਟ ਬਜ਼ਰ ਐਜੂਕੇਸ਼ਨਲ ਪਲੈਟਫਾਰਮ। ਮਾਈ ਨੇਮ ਇਜ਼ ਕਰਨ ਅਤੇ ਮੈਂ ਤੁਹਾਡਾ ਸਵਾਗਤ ਕਰਦਾ ਹਾਂ ਜੀ ਅੱਜ ਦੇ ਆਪਣੇ ਇਸ ਸੈਸ਼ਨ ਦੇ ਵਿੱਚ। ਤਾਂ ਅੱਜ ਆਪਾਂ ਮਿਲ ਰਹੇ ਹਾਂ ਜੀ ਸੈੱਟ ਨੰਬਰ 17 ਦੇ ਵਿੱਚ, ਅਤੇ ਸੈੱਟ ਨੰਬਰ 16 ਤੁਸੀਂ ਕੱਲ੍ਹ ਦੇਖ ਲਿਆ ਹੋਣਾ ਹੈ, ਠੀਕ ਹੈ ਜੀ। ਤਾਂ ਅੱਜ ਵੀ ਆਪਾਂ ਉਸੇ ਤਰ੍ਹਾਂ ਹੀ ਕੁਐਸਚਨਸ ਕਰਾਂਗੇ, ਠੀਕ ਹੈ ਜੀ, ਜੋ ਕਿ ਮੋਸਟ ਇੰਪੋਰਟੈਂਟ ਕੁਐਸਚਨਸ ਨੂੰ ਆਪਾਂ ਡਿਸਕਸ ਕਰਾਂਗੇ। ਤਾਂ ਐਂਟੀਟੀ 8893 ਭਰਤੀ ਦਾ ਕੋਰਸ ਚੱਲ ਰਿਹਾ ਹੈ ਜੀ, 10 ਦੇ 10 ਸਬਜੈਕਟ, ਠੀਕ ਹੈ ਜੀ। ਪ੍ਰੀ ਰਿਕਾਰਡਡ ਲੈਕਚਰਸ, ਵੀਡੀਓ ਲੈਕਚਰਸ, PDF ਨੋਟਸ ਵਿਦ ਟੋਪਿਕ ਵਾਈਜ਼ MCQs। ਅਤੇ ਤੁਸੀਂ ਛੋਟੇ ਕੋਰਸ ਦੀ ਤਿਆਰੀ ਕਰਨਾ ਚਾਹੁੰਦੇ ਹੋ, ਯਾਨੀ CDP ਕਰੀਕੁਲਮ ਪੋਲਸੀਜ਼ ਐਂਡ ਪ੍ਰੋਗਰਾਮਸ ਵੀ ਅਵੇਲੇਬਲ ਹੈ ਤੁਹਾਡੇ ਲਈ, ਠੀਕ ਹੈ। ਅਤੇ ਤੁਸੀਂ ਸਿੰਪਲੀ ਟੈਟ ਬਜ਼ਰ ਐਪਲੀਕੇਸ਼ਨ ਨੂੰ ਇੰਸਟਾਲ ਕਰਨਾ ਹੈ, ਜਿਸ ਦਾ ਲਿੰਕ ਵੀ ਡਿਸਕ੍ਰਿਪਸ਼ਨ ਦੇ ਵਿੱਚ ਹੈ। ਤੁਸੀਂ ਸਿੰਪਲੀ ਉੱਥੋਂ ਡੈਮੋ ਲੈਕਚਰਸ ਵੇਖੋ, ਠੀਕ ਹੈ, ਆਪਦੀ ਤਸੱਲੀ ਕਰ ਸਕਦੇ ਹੋ। ਐਂਡ ਟੈਟ ਬਜ਼ਰ ਨੇ ਨਵੇਂ ਹੀ ਹਾਲ ਹੀ ਦੇ ਵਿੱਚ ਜੋ ਕੋਰਸਿਸ ਲਾਂਚ ਕੀਤੇ ਹਨ, ਉਹ ਹਨ ਜੀ ਕੋਪਰੇਟਿਵ ਬੈਂਕ ਦੇ, ਠੀਕ ਹੈ। 6 ਸਬਜੈਕਟਸ ਦੀ ਫੁੱਲ ਥਿਊਰੀ ਕਰਾਈ ਜਾਏ ਜੀ, MCQs ਐਂਡ PDFs ਵੀ ਮਿਲਣਗੇ, ਠੀਕ ਹੈ। ਨਵਾਂ ਜੋ ਕੋਰਸ ਲਾਂਚ ਹੋ ਚੁੱਕਿਆ ਜੀ, ਇੰਗਲਿਸ਼ ਮਾਸਟਰ ਕੈਡਰ ਦਾ, ਐਂਡ EDTs ਪੇਪਰ 2 ਦਾ ਵੀ ਕੋਰਸ ਲਾਂਚ ਹੋ ਚੁੱਕਿਆ ਜੀ, ਜੋ ਕਿ ਰਿਕਾਰਡਿਡ ਪਲੱਸ ਲਾਈਵ ਦੋਵੇਂ ਤਰੀਕਿਆਂ ਨਾਲ ਚੱਲੇਗਾ। ਅਤੇ ਤੁਹਾਨੂੰ ਪਤਾ ਹੈ ਕਿ ਆਪਣੇ ਕੋਰਸਿਸ ਜੋ ਹੁੰਦੇ ਹਨ ਇਹ ਬਾਇਲਿੰਗੁਅਲ ਹੁੰਦੇ ਹਨ। PSTET ਪੇਪਰ 1 ਦਾ ਕੋਰਸ ਵੀ ਚੱਲ ਚੁੱਕਿਆ ਹੈ ਜੀ, ਵਿਦ 1 ਈਅਰ ਵੈਲਿਡਿਟੀ, ਠੀਕ ਹੈ। ਪੇਪਰ 2 ਵਿੱਚ ਅਗਰ SST ਮੈਥ ਐਂਡ ਸਾਇੰਸ ਵਿੱਚ ਤੁਹਾਡੇ ਕਿਸੇ ਵੀ ਸਬਜੈਕਟ ਕੋਈ ਵੀਕ ਹੈ ਤਾਂ ਤੁਸੀਂ ਉਸਦੀ ਵੀ ਤਿਆਰੀ ਦਰੁਸਤ ਕਰ ਸਕਦੇ ਹੋ। ਵਧਦੇ ਹਾਂ ਜੀ ਫਾਈਲ ਵੱਲ। ਪਹਿਲਾ ਕੁਐਸਚਨ ਹੈ ਜੀ, ਦਾ ਨੋਨ ਕਾਰਪੋਰੇਸ਼ਨ ਮੂਵਮੈਂਟ ਵਾਜ ਲਾਂਚਡ ਬਾਏ। ਤਾਂ ਅਸਹਿਯੋਗ ਦੀ ਅਸਹਿਯੋਗ ਜੋ ਅੰਦੋਲਨ ਸੀ, ਠੀਕ ਹੈ, ਮਹਾਤਮਾ ਗਾਂਧੀ ਜੀ ਦੁਆਰਾ ਚਲਾਇਆ ਗਿਆ ਸੀ, ਠੀਕ ਹੈ, ਐਂਡ ਇਸ ਦੀ ਸ਼ੁਰੂਆਤ ਹੋਈ ਸੀ, ਠੀਕ ਹੈ। ਤਾਂ 1920 ਜੋ ਸਤੰਬਰ 1920 ਜੋ ਬੇਸਿਕਲੀ ਆਪਣਾ ਜੋ ਜਲਿਆਂਵਾਲਾ ਹੱਤਿਆ ਕਾਂਡ ਸੀ, ਠੀਕ ਹੈ, ਅਤੇ ਜੋ ਰੋਲਟ ਐਕਟ ਸੀ, ਠੀਕ ਹੈ, ਨਾ ਅਪੀਲ ਨਾ ਦਲੀਲ ਨਾ ਵਕੀਲ, ਠੀਕ ਹੈ, ਉਸ ਐਕਟ ਦੀ ਜੋ ਵਿਰੋਧ ਵਿੱਚ ਇਹ ਗਾਂਧੀ ਜੀ ਦੁਆਰਾ ਸ਼ੁਰੂ ਕੀਤਾ ਗਿਆ ਸੀ, ਠੀਕ ਹੈ, 1920 ਤੋਂ 21 ਤੱਕ, ਪਰ 1920-22 ਤੱਕ, ਪਰ ਇਹ 1922 ਫਰਵਰੀ ਦੇ ਵਿੱਚ ਫੇਲ ਹੋ ਗਿਆ। ਕਿਉਂ? ਜੋ ਚੋਰੀ ਚੋਰਾ ਕਾਂਡ ਕਰਕੇ, ਠੀਕ ਹੈ, ਚੋਰੀ ਚੋਰਾ ਕਾਂਡ ਕਰਕੇ ਅਸਹਿਯੋਗ ਅੰਦੋਲਨ ਫੇਲ ਹੋ ਗਿਆ, ਅਤੇ ਇਹ ਮਹਾਤਮਾ ਗਾਂਧੀ ਜੀ ਦਾ ਪਹਿਲਾ ਹੀ ਅੰਦੋਲਨ ਸੀ, ਠੀਕ ਹੈ। ਤਾਂ ਤੁਸੀਂ ਯਾਦ ਰੱਖਣਾ ਹੈ ਕਿ ਜੋ ਅਸਹਿਯੋਗ ਅੰਦੋਲਨ ਹੈ, ਮਹਾਤਮਾ ਗਾਂਧੀ ਜੀ ਨੇ ਇਸ ਨੂੰ ਲਾਂਚ ਕੀਤਾ ਸੀ। ਸੋ ਦੈਨ ਆਪਣਾ ਸੈਕਿੰਡ ਕੁਐਸਚਨ ਹੈ, ਹਾਊ ਮੈਨੀ ਟਾਈਪਸ ਆਫ ਐਮਰਜੈਂਸੀ ਆਰ ਪ੍ਰੋਵਾਈਡਿਡ ਇਨ ਦਾ ਇੰਡੀਅਨ ਕੋਨਸਟੀਟਿਊਸ਼ਨ। ਤਾਂ ਭਾਰਤ ਦੇ ਸੰਵਿਧਾਨ ਵਿੱਚ ਕਿੰਨੀਆਂ ਐਮਰਜੈਂਸੀਆਂ ਹਨ? ਲਗਭਗ 3 ਐਮਰਜੈਂਸੀਆਂ ਹਨ, ਠੀਕ ਹੈ, ਤਾਂ ਜਿਨ੍ਹਾਂ ਨੂੰ ਆਪਾਂ ਜਰਮਨੀ ਦੇ ਸੰਵਿਧਾਨ ਤੋਂ ਲਿਆ ਹੈ। ਜਰਮਨੀ ਦੇ ਸੰਵਿਧਾਨ ਨੂੰ ਕੀ ਕਹਿੰਦੇ ਹਨ? ਵਾਈਮਰ ਕੰਸਟੀਟਿਊਸ਼ਨ, ਠੀਕ ਹੈ, ਵਾਈਮਰ ਕੰਸਟੀਟਿਊਸ਼ਨ, ਇਹਨਾਂ ਨੂੰ ਲਿਆ ਹੈ ਜੀ ਆਪਾਂ ਜਰਮਨੀ ਦੇ ਸੰਵਿਧਾਨ ਤੋਂ। ਇਹਨਾਂ ਦੇ ਆਰਟੀਕਲ ਹਨ ਜੀ ਆਰਟੀਕਲ 352, ਜਿਸ ਵਿੱਚ ਆਉਂਦੀ ਹੈ ਜੀ ਨੈਸ਼ਨਲ ਐਮਰਜੈਂਸੀ, ਠੀਕ ਹੈ, ਜਿਵੇਂ ਕੋਈ ਯੁੱਧ ਹੋਵੇ, ਠੀਕ ਹੈ, ਤਾਂ ਉਦੋਂ ਲਗਾਈ ਜਾਂਦੀ ਹੈ ਜੀ। ਇੰਡੋ ਚਾਈਨਾ ਵਾਰ 'ਚ ਵੀ ਲੱਗੀ ਸੀ 1975 'ਚ, ਇੰਦਰਾ ਗਾਂਧੀ ਨੇ ਵੀ ਲਾਈ ਸੀ, ਠੀਕ ਹੈ। 356 ਆਰਟੀਕਲ ਹੈ ਜੀ, ਉਸ ਵਿੱਚ ਸਟੇਟ ਐਮਰਜੈਂਸੀ, ਜਿਵੇਂ ਆਪਣੇ ਸਟੇਟ ਦੇ ਵਿੱਚ ਰਾਜਿਆਪਾਲ ਸ਼ਾਸਨ ਲੱਗ ਜਾਂਦਾ, ਰਾਸ਼ਟਰਪਤੀ ਸ਼ਾਸਨ ਲੱਗ ਜਾਂਦਾ, ਠੀਕ ਹੈ, ਅਤੇ ਰਾਸ਼ਟਰਪਤੀ ਸ਼ਾਸਨ ਵਿੱਚ ਰਾਜਿਆਪਾਲ ਹੈੱਡ ਹੋ ਜਾਂਦਾ ਹੈ, ਠੀਕ ਹੈ। ਐਂਡ ਇੱਕ ਹੈ ਜੀ ਆਰਟੀਕਲ ਨੰਬਰ 360, ਤਾਂ ਇਹ ਹੈ ਜੀ ਫਾਈਨੈਂਸ਼ੀਅਲ ਐਮਰਜੈਂਸੀ, ਅਤੇ ਸ਼ੁਕਰ ਹੈ ਜੀ ਕਿ ਭਾਰਤ ਵਿੱਚ ਇਹ ਹਜੇ ਤੱਕ ਲੱਗੀ ਨਹੀਂ, ਠੀਕ ਹੈ। ਫਾਈਨੈਂਸ਼ੀਅਲ ਐਮਰਜੈਂਸੀ ਲੱਗ ਜਾਵੇ ਤਾਂ ਆਪਣੇ ਜੋ ਪੈਸੇ ਦਾ ਕੰਟਰੋਲ ਵੀ ਸਰਕਾਰ ਕੋਲ ਹੋ ਜਾਂਦਾ ਹੈ, ਠੀਕ ਹੈ ਜੀ। ਸੋ ਦੈਨ ਗੱਲ ਕਰਦੇ ਹਾਂ ਜੀ, ਦਾ ਪ੍ਰਾਈਮ ਮਿਨਿਸਟਰ ਵੂਜ ਡੈਥ ਅਕਰਡ ਆਊਟਸਾਈਡ ਇੰਡੀਆ। ਤਾਂ ਸਿੰਪਲੀ ਦੱਸਣਾ ਹੈ ਕਿ ਕਿਹੜੇ ਜੋ ਆਪਣੇ ਪ੍ਰਾਈਮ ਮਿਨਿਸਟਰ ਸਨ, ਉਹਨਾਂ ਦੀ ਜੋ ਡੈਥ ਇੰਡੀਆ ਤੋਂ ਬਾਹਰ ਹੋਈ ਸੀ, ਠੀਕ ਹੈ। ਤਾਂ ਇਹ ਹਨ ਜੀ ਆਪਣੇ ਲਾਲ ਬਹਾਦੁਰ
ਸ਼ਾਸਤਰੀ ਜੀ 1964 ਤੋਂ 1964 ਤੱਕ 1964 ਵਿੱਚ ਇਹਨਾਂ ਦੀ ਡੈਥ ਹੋਈ ਸੀ ਜੀ ਕਿੱਥੇ ਤਾਸ਼ਕੰਦ ਤਾਸ਼ਕੰਦ ਉਸ ਸਮੇਂ ਸੋਵੀਅਤ ਯੂਨੀਅਨ ਦਾ ਪਾਰਟ ਸੀ ਠੀਕ ਹੈ ਅਤੇ ਕਿਹਾ ਜਾਂਦਾ ਹੈ ਕਿ ਸੋਵੀਅਤ ਯੂਨੀਅਨ ਵਾਲਿਆਂ ਨੇ ਇਹਨਾਂ ਨੂੰ ਜ਼ਹਿਰ ਦੇ ਕੇ ਮਾਰਿਆ ਪਰ ਤਾਸ਼ਕੰਦ ਜੋ ਹੁਣ ਹੈ ਇਹ ਹੈ ਜੀ ਉਜ਼ਬੇਕਿਸਤਾਨ ਦੀ ਕੈਪੀਟਲ ਠੀਕ ਹੈ ਉਜ਼ਬੇਕਿਸਤਾਨ ਦੀ ਕੈਪੀਟਲ ਹੈ ਜੀ ਤਾਸ਼ਕੰਦ ਠੀਕ ਹੈ ਸੋ ਦੈਨ ਆਪਣਾ ਫੋਰਥ ਕੁਐਸਚਨ ਹੈ ਦ ਫੈਡਰਲ ਰਿਜ਼ਰਵ ਬੈਂਕ ਇਜ਼ ਦਾ ਸੈਂਟਰਲ ਬੈਂਕ ਆਫ ਵਿਚ ਕੰਟਰੀ ਜਿਵੇਂ ਇੰਡੀਆ ਦਾ ਰਿਜ਼ਰਵ ਬੈਂਕ ਹੈ ਉਵੇਂ ਅਮੈਰੀਕਾ ਦਾ ਬੈਂਕ ਹੈ ਜੀ ਫੈਡਰਲ ਰਿਜ਼ਰਵ ਬੈਂਕ ਠੀਕ ਹੈ ਅਮੈਰੀਕਾ ਦਾ ਬੈਂਕ ਹੈ ਜੀ ਫੈਡਰਲ ਰਿਜ਼ਰਵ ਬੈਂਕ ਸੋ ਦੈਨ ਆਪਣਾ ਇਕਨੋਮਿਕਸ ਨਾਲ ਰਿਲੇਟਡ ਅਨਦਰ ਕੁਐਸਚਨ ਹੈ ਦ ਟਰਮਸ ਬੁੱਲ ਐਂਡ ਬੀਅਰ ਬੁੱਲ ਐਂਡ ਬੀਅਰ ਤਾਂ ਬੁੱਲ ਦਾ ਅਰਥ ਹੈ ਜੀ ਕਿ ਮਾਰਕੀਟ ਦੇ ਵਿੱਚ ਤੇਜ਼ੀ ਆਉਣਾ ਠੀਕ ਹੈ ਬੀਅਰ ਦਾ ਅਰਥ ਹੈ ਕਿ ਮਾਰਕੀਟ ਵਿੱਚ ਕਮਜ਼ੋਰੀ ਆਉਣਾ ਇਸ ਤੋਂ ਤੁਹਾਨੂੰ ਸਾਫ਼ ਕਲੀਅਰ ਹੋ ਚੁੱਕਿਆ ਹੋਏਗਾ ਅਤੇ ਇਹ ਦੋਨੋਂ ਜੋ ਵਰਡਸ ਹਨ ਇਹ ਕਿਸ ਨਾਲ ਐਸੋਸੀਏਟਿਡ ਹਨ ਇਹ ਦੋਨੋਂ ਵਰਡਸ ਹਨ ਜੀ ਐਸੋਸੀਏਟਿਡ ਸਟੋਕ ਮਾਰਕੀਟ ਦੇ ਨਾਲ ਠੀਕ ਹੈ ਜੀ ਸਟੋਕ ਮਾਰਕੀਟ ਦੇ ਨਾਲ ਐਸੋਸੀਏਟਿਡ ਇਹ ਵਰਡਸ ਹਨ ਬੁੱਲ ਐਂਡ ਬੀਅਰ ਤਾਂ ਕਾਫ਼ੀ ਇੰਟਰਸਟਿੰਗ ਕੁਐਸਚਨ ਹੈ ਜੀ ਆਪਣੇ ਕੋਲ ਤਾਂ ਵੋ ਇਨਵੈਂਟਿਡ ਲਿਫਟ ਯਾਨੀ ਲਿਫਟ ਜਿਸ ਵਿੱਚ ਆਪਾਂ ਸਫ਼ਰ ਕਰਦੇ ਹਾਂ ਉਸਦੀ ਕਾਢ ਕਿੰਨੇ ਕੱਢੀ ਤਾਂ ਇਹ ਹਨ ਜੀ ਅਲੀਸ਼ਾ ਗ੍ਰੈਵਿਸ ਓਟਿਸ ਠੀਕ ਹੈ ਅਲੀਸ਼ਾ ਗ੍ਰੈਵਿਸ ਓਟਿਸ ਇਹਨਾਂ ਨੇ ਕੱਢੀ ਜੀ ਲਿਫਟ ਦੀ ਕਾਢ ਠੀਕ ਹੈ ਥੋਮਸ ਅਲਵਾ ਐਡੀਸਨ ਤੁਸੀਂ ਜਾਣਦੇ ਹੋ ਇਹਨਾਂ ਨੇ ਇਲੈਕਟ੍ਰਿਕ ਬਲਬ ਦੀ ਕਾਢ ਕੱਢੀ ਸੀ ਠੀਕ ਹੈ ਐਂਡ ਇਲੈਕਟ੍ਰਿਕ ਮੋਟਰ ਦੀ ਕਾਢ ਕੱਢੀ ਸੀ ਜੀ ਮਾਈਕਲ ਫੈਰਾਡੇ ਨੇ ਰਾਈਟ ਬ੍ਰਦਰ ਨੇ ਕਾਢ ਕੱਢੀ ਸੀ ਜੀ ਐਰੋਪਲੇਨ ਦੀ ਠੀਕ ਹੈ ਐਰੋਪਲੇਨ ਦੀ ਠੀਕ ਹੈ ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਜੀ ਅਲੀਸ਼ਾ ਗ੍ਰੈਵਿਸ ਓਟਿਸ ਸੋ ਦੈਨ ਨੈਕਸਟ ਇੰਟਰਸਟਿੰਗ ਕੁਐਸਚਨ ਤਾਂ ਵਿਚ ਇਜ਼ ਦਾ ਬਿਗੈਸਟ ਬੋਨ ਯਾਨੀ ਸਭ ਤੋਂ ਲੰਬੀ ਹੱਡੀ ਕਿਹੜੀ ਹੈ ਜੀ ਆਪਣੀ ਜੋ ਇਹ ਸਾਰਾ ਆਪਣਾ ਸਕੈਲੇਟਨ ਹੈ ਠੀਕ ਹੈ ਤਾਂ ਇਸ ਵਿੱਚ ਆਪਾਂ ਦੇਖਦੇ ਹਾਂ ਸਭ ਤੋਂ ਲੰਬੀ ਹੱਡੀ ਕਿਹੜੀ ਹੈ ਉਹ ਹੈ ਜੀ ਫੀਮਰ ਠੀਕ ਹੈ ਜੋ ਜਿਸਨੂੰ ਜਾਂਘ ਦੀ ਹੱਡੀ ਵੀ ਕਿਹਾ ਜਾਂਦਾ ਹੈ ਪੱਟ ਦੀ ਹੱਡੀ ਵੀ ਕਿਹਾ ਜਾਂਦਾ ਹੈ ਤਾਂ ਫੀਮਰ ਹੈ ਜੀ ਸਭ ਤੋਂ ਵੱਡੀ ਹੱਡੀ ਜਦੋਂ ਕਿ ਸਟੈਪਿਸ ਹੈ ਜੀ ਸਭ ਤੋਂ ਛੋਟੀ ਹੱਡੀ ਠੀਕ ਹੈ ਸਭ ਤੋਂ ਛੋਟੀ ਹੱਡੀ ਹੈ ਜੀ ਸਟੈਪਿਡ ਸਟੈਪਿਸ ਠੀਕ ਹੈ ਤਾਂ ਕੰਨ ਵਿੱਚ ਹੁੰਦੀਆਂ ਜੀ ਤਿੰਨ ਹੱਡੀਆਂ ਅਤੇ ਸਭ ਤੋਂ ਛੋਟੀ ਹੈ ਜੀ ਸਟੈਪਿਸ ਅਤੇ ਸਭ ਤੋਂ ਮਜ਼ਬੂਤ ਹੱਡੀ ਦੀ ਗੱਲ ਕੀਤੀ ਜਾਵੇ ਤਾਂ ਉਹ ਹੈ ਜੀ ਜਬੜੇ ਦੀ ਹੱਡੀ ਠੀਕ ਹੈ ਜੋ ਤੁਹਾਡਾ ਜਬੜਾ ਹੈ ਠੀਕ ਹੈ ਆਹ ਵਾਲਾ ਇਸਨੂੰ ਇਸਦਾ ਦੂਜਾ ਨਾਮ ਹੈ ਜੀ ਮੈਂਡੀਬਲ ਅਤੇ ਮੈਂਡੀਬਲ ਹੈ ਜੀ ਸਭ ਤੋਂ ਮਜ਼ਬੂਤ ਹੱਡੀ ਠੀਕ ਹੈ ਅਤੇ ਟਿਬੀਆ ਜੋ ਹੈ ਆਹ ਜੋ ਟਿਬੀਆ ਹੈ ਤੁਹਾਡੀ ਠੀਕ ਹੈ ਇਹ ਸੈਕਿੰਡ ਨੰਬਰ 'ਤੇ ਸਭ ਤੋਂ ਵੱਡੀ ਹੱਡੀ ਹੈ ਠੀਕ ਹੈ ਆਹ ਦੇਖ ਲਓ ਜੀ ਆਹ ਪਿੰਜਰ ਨੂੰ ਕਿਹਾ ਜਾਂਦਾ ਇਹ ਵਾਲੀ ਜੋ ਅੱਗੇ ਬੋਨ ਲੱਗੀ ਹੁੰਦੀ ਇਹਨਾਂ ਨੂੰ ਕਿਹਾ ਜਾਂਦਾ ਸਟਰਨਮ ਠੀਕ ਹੈ ਐਂਡ ਇਹ ਹੈ ਜੀ ਪੈਲਵਿਕ ਬੋਨ ਸੋ ਦੈਨ ਆਪਣਾ 8th ਕੁਐਸਚਨ ਹੈ ਵਿਚ ਪਾਰਟ ਆਫ ਦਾ ਕੁਨੀਨ ਪਲਾਂਟ ਇਜ਼ ਕਾਮਨਲੀ ਯੂਜ਼ਡ ਡਰੱਗ ਫੋਰ ਮਲੇਰੀਆ ਤੁਹਾਨੂੰ ਪਤਾ ਹੈ ਕਿ ਮਲੇਰੀਆ ਲਈ ਸਿਨਕੋਨਾ ਵਰਿਕਸ਼ ਤੋਂ ਬਣੀ ਹੋਈ ਆਪਾਂ ਕੁਨੀਨ ਦਵਾਈ ਨੂੰ ਵਰਤਦੇ ਹਾਂ ਠੀਕ ਹੈ ਆਪਾਂ ਕੁਨੀਨ ਦੀ ਛਾਲ ਨੂੰ ਖਾਂਦੇ ਹਾਂ ਜੀ ਚਿਕਰ ਛਾਲ ਤੋਂ ਦਵਾਈ ਬਣਦੀ ਹੈ ਠੀਕ ਹੈ ਤਾਂ ਸਟੈਮ ਬਾਰਕ ਠੀਕ ਹੈ ਉਸਦੇ ਤਣੇ ਦੀ ਜੋ ਛਾਲ ਹੁੰਦੀ ਹੈ ਉਸਨੂੰ ਮਲੇਰੀਆ ਦੀ ਦਵਾਈ ਦੇ ਤੌਰ 'ਤੇ ਵਰਤਿਆ ਜਾਂਦਾ ਹੈ ਅਤੇ ਹਾਲ ਹੀ ਦੇ ਵਿੱਚ ਆਪਾਂ ਮਨਾਇਆ ਸੀ ਜੀ ਮਲੇਰੀਆ ਡੇ ਕਦੋਂ ਮਨਾਇਆ ਸੀ ਜੀ 25th April ਨੂੰ ਠੀਕ ਹੈ 25th April ਨੂੰ ਆਪਾਂ ਮਨਾਇਆ ਸੀ ਜੀ ਮਲੇਰੀਆ ਡੇ ਅਤੇ ਮਲੇਰੀਆ ਡੇ ਦੀ ਥੀਮ ਕੀ ਸੀ ਰੀਚਿੰਗ ਦਾ ਜ਼ੀਰੋ ਮਲੇਰੀਆ ਟਾਰਗੇਟ ਠੀਕ ਹੈ ਰੀਚਿੰਗ ਦਾ ਜ਼ੀਰੋ ਮਲੇਰੀਆ ਟਾਰਗੇਟ ਅਤੇ ਆਪਾਂ ਇੱਕ ਦਿਨ ਗੱਲ ਵੀ ਕੀਤੀ ਸੀ ਕਿ ਭਾਰਤ ਵਿੱਚ ਕਾਫੀ ਕੇਸਿਸ ਘੱਟ ਗਏ ਹਨ 2015 ਦੇ ਮੁਕਾਬਲੇ ਮਲੇਰੀਆ ਦੇ ਠੀਕ ਹੈ ਅਤੇ ਭਾਰਤ ਦਾ ਟਾਰਗੇਟ ਕੀ ਹੈ ਜੀ ਮਲੇਰੀਆ ਦਾ ਇੰਡੀਆ ਨੂੰ ਮਲੇਰੀਆ ਫ੍ਰੀ ਆਪਾਂ ਕਦੋਂ ਤੱਕ ਕਰਨਾ ਹੈ ਤਾਂ ਟਾਰਗੇਟ ਹੈ ਜੀ ਕਿ 2030 ਤੱਕ
ਆਪਣਾ ਇੰਡੀਆ ਮਲੇਰੀਆ ਫਰੀ ਹੋਏਗਾ। ਠੀਕ ਹੈ, ਇੰਡੀਆ ਨੂੰ ਮਲੇਰੀਆ ਫਰੀ ਆਪਾਂ ਕਰਵਾਉਣਾ ਹੈ ਜੀ 2030 ਤੱਕ, ਆਪਣਾ ਟਾਰਗੇਟ ਹੈ। ਠੀਕ ਹੈ, ਲਕਸ਼ਯ ਹੈ। 9th ਕੁਐਸਚਨ ਹੈ ਜੀ ਆਪਣਾ, ਤਾਂ ਉਸ ਤੋਂ ਪਹਿਲੇ ਇੱਕ ਅਪਡੇਟ ਹੈ ਜੀ, ਤਾਂ ਤੁਹਾਨੂੰ ਅਗਰ ਕੋਈ ਵੀ ਜਾਣਕਾਰੀ ਨਾਲ ਦੀ ਨਾਲ ਹੀ ਚਾਹੀਦੀ ਹੈ ਤਾਂ ਤੁਸੀਂ ਸਿੰਪਲੀ ਆਪਣੇ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰ ਸਕਦੇ ਹੋ। ਠੀਕ ਹੈ, ਉੱਥੇ ਕੋਈ ਵੀ ਅਪਡੇਟ ਆਏ ਤਾਂ ਤੁਹਾਨੂੰ ਅਸੀਂ ਨਾਲ ਦੀ ਨਾਲ ਹੀ ਪੋਸਟ ਕਰ ਦਿੰਦੇ ਹਾਂ। ਤੁਸੀਂ ਫੇਸਬੁੱਕ ਪੇਜ ਨੂੰ ਵੀ ਲਾਈਕ ਕਰਕੇ ਰੱਖ ਸਕਦੇ ਹੋ। ਠੀਕ ਹੈ ਜੀ, ਇੰਸਟਾਗ੍ਰਾਮ 'ਤੇ ਵੀ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ। ਅਤੇ ਵਟਸਐਪ ਗਰੁੱਪਸ ਦਾ ਹਿੱਸਾ ਬਣਨ ਲਈ ਤੁਸੀਂ ਸਿੰਪਲੀ ਆਪਦਾ ਨੇਮ ਲਿਖਣਾ ਹੈ, ਜਿਵੇਂ ਮਾਈ ਨੇਮ ਇਜ਼ ਕਰਨ ਐਂਡ ਦੈਨ ਆਫ ਦਾ ਪੇਪਰ ਐਂਡ ਦੈਨ ਆਫ ਦੀ ਸਿਟੀ ਲਿਖ ਕੇ ਤੁਸੀਂ ਆਪਣੇ ਵਟਸਐਪ ਨੰਬਰ 'ਤੇ ਭੇਜ ਸਕਦੇ ਹੋ। ਤਾਂ 9th ਕੁਐਸਚਨ ਹੈ ਜੀ ਆਪਣੇ ਕੋਲ ਰੀਫਰੈਕਟਿਵ ਇੰਡੈਕਸ ਨਾਲ। ਤਾਂ ਰੀਫਰੈਕਸ਼ਨ ਕੀ ਹੁੰਦਾ ਹੈ? ਤਾਂ ਲਾਈਟ ਦਾ ਇੱਕ ਮੀਡੀਅਮ ਤੋਂ ਦੂਜੇ ਮੀਡੀਅਮ ਵੱਲ ਚੇਂਜ ਹੋਣਾ। ਠੀਕ ਹੈ, ਜਿਵੇਂ ਪਹਿਲੇ ਲਾਈਟ ਏਅਰ ਤੋਂ ਆਈ, ਠੀਕ ਹੈ ਜੀ, ਫਿਰ ਗਲਾਸ ਦੇ ਵਿੱਚ ਗਈ, ਫਿਰ ਦੈਨ ਦੁਬਾਰਾ ਏਅਰ ਦੇ ਵਿੱਚ ਗਈ। ਠੀਕ ਹੈ, ਇਹ ਹੈ ਜੀ ਲਾਈਟ ਦੀ ਰੀਫਰੈਕਸ਼ਨ। ਠੀਕ ਹੈ, ਅਤੇ ਜੋ ਰੀਫਰੈਕਟਿਵ ਇੰਡੈਕਸ ਹੁੰਦਾ ਹੈ ਇਸਨੂੰ ਆਪਾਂ ਕਿਵੇਂ ਲਿਖਦੇ ਹਾਂ? ਇਸਨੂੰ ਐਨ ਨਾਲ ਲਿਖਦੇ ਹਾਂ। ਠੀਕ ਹੈ, ਐਨ ਐਨ ਇਜ਼ ਇਕੁਅਲ ਟੂ ਸੀ ਬਾਏ ਨਿਊ। ਠੀਕ ਹੈ, ਫਾਰਮੂਲਾ ਯਾਦ ਰੱਖ ਲਓ, ਐਨ ਇਜ਼ ਇਕੁਅਲ ਟੂ ਸੀ ਬਾਏ ਨਿਊ, ਵੇਅਰ ਸੀ ਇਜ਼ ਦਾ ਵਿਲੋਸਿਟੀ ਜਾਂ ਸਪੀਡ ਆਫ ਲਾਈਟ। ਠੀਕ ਹੈ, ਸਪੀਡ ਆਫ ਲਾਈਟ, ਸੀ ਇਜ਼ ਦਾ ਸਪੀਡ ਆਫ ਲਾਈਟ। ਸਪੀਡ ਆਫ ਲਾਈਟ ਕਿੰਨੀ ਹੁੰਦੀ ਹੈ ਜੀ? 3×10⁻⁸ ਮੀਟਰ ਪਰ ਸੈਕਿੰਡ ਸਕੇਅਰ। ਠੀਕ ਹੈ, 3×10⁻⁸ ਮੀਟਰ ਪਰ ਸੈਕਿੰਡ, ਯਾਨੀ 300,000 ਕਿਲੋਮੀਟਰ ਪ੍ਰਤੀ ਘੰਟਾ ਇਹ ਰਫਤਾਰ ਹੁੰਦੀ ਹੈ ਜੀ ਆਪਣੀ ਲਾਈਟ ਦੀ। ਅਤੇ ਜੋ ਰੀਫਰੈਕਟਿਵ ਇੰਡੈਕਸ ਹੁੰਦਾ ਹੈ, ਇਹ ਜੋ ਗਲਾਸ ਵਿੱਚ ਅਤੇ ਇਸ ਵਿੱਚ ਜੋ ਹੋਏਗਾ, ਇਹਨਾਂ ਦਾ ਇੱਕ ਤਰ੍ਹਾਂ ਦਾ ਅਨੁਪਾਤ ਹੁੰਦਾ ਹੈ। ਇਹ ਇੱਕ ਤਰ੍ਹਾਂ ਦਾ ਅਨੁਪਾਤ ਹੁੰਦਾ ਹੈ। ਠੀਕ ਹੈ, ਅਨੁਪਾਤ ਹੁੰਦਾ ਹੈ ਤਾਂ ਇਸਦੀ ਮਤਲਬ, ਅਨੁਪਾਤ ਆਪਾਂ ਕਿਸੇ ਵੀ ਚੀਜ਼ ਦਾ ਕਰਦੇ ਹਾਂ ਨਾ, ਤਾਂ ਉਸ ਵਿੱਚ ਯੂਨਿਟਸ ਵੀ ਕੱਟੀਆਂ ਜਾਂਦੀਆਂ ਹਨ, ਯਾਨੀ 9 ਯੂਨਿਟ। ਠੀਕ ਹੈ, ਕਿਸੇ ਵੀ ਚੀਜ਼ ਦਾ ਆਪਾਂ ਅਨੁਪਾਤ ਕਰਦੇ ਹਾਂ ਤਾਂ ਉਸਦੀ ਯੂਨਿਟ ਨਹੀਂ ਰਹਿ ਜਾਂਦੀ। ਠੀਕ ਹੈ, ਮਤਲਬ ਜਿਵੇਂ ਇੱਥੇ ਇਸਦੀ ਵਿਲੋਸਟੀ ਦੀ ਵੀ ਆਹ ਯੂਨਿਟ ਹੈ, ਠੀਕ ਹੈ, ਇਸਦੀ ਵੀ ਆਹ ਯੂਨਿਟ ਹੈ, ਅਤੇ ਯੂਨਿਟਸ ਕੱਟੀਆਂ ਜਾਣਗੀਆਂ। ਠੀਕ ਹੈ ਨਾ, ਤਾਂ 9 ਯੂਨਿਟ ਹੁੰਦੀ ਹੈ ਜੀ ਰੀਫਰੈਕਟਿਵ ਇੰਡੈਕਸ ਦੀ। ਠੀਕ ਹੈ, ਇਸ ਵਿੱਚ ਕਨਫਿਊਜ਼ ਨਹੀਂ ਹੋਣਾ। ਅਤੇ ਰੀਫਰੈਕਟਿਵ ਇੰਡੈਕਸ, ਠੀਕ ਹੈ, ਕਈ ਚੀਜ਼ਾਂ ਦਾ ਆਪਾਂ ਲਿਖਦੇ ਹਾਂ ਜੀ ਰੀਫਰੈਕਟਿਵ ਇੰਡੈਕਸ। ਫੋਰ ਐਗਜ਼ਾਮਪਲ, ਵਾਟਰ ਦਾ ਆਪਣਾ ਰੀਫਰੈਕਟਿਵ ਇੰਡੈਕਸ ਹੈ ਜੀ 20 ਡਿਗਰੀ ਸੈਲਸੀਅਸ 'ਤੇ, ਉਹ ਹੈ ਜੀ ਆਪਣਾ 1.333। ਠੀਕ ਹੈ, ਐਂਡ ਗਲਾਸ ਦਾ ਰੀਫਰੈਕਟਿਵ ਇੰਡੈਕਸ ਹੈ ਜੀ 1.52। ਸਭ ਤੋਂ ਜ਼ਿਆਦਾ ਹੈ ਜੀ ਡਾਇਮੰਡ ਦਾ, ਡਾਇਮੰਡ ਦਾ ਹੈ ਜੀ 2.417, ਐਂਡ ਦੈਨ ਲਾਸਟ ਹੈ ਜੀ ਏਅਰ ਦਾ, ਏਅਰ ਦਾ ਤੁਹਾਨੂੰ ਪਤਾ ਹੈ ਜੀ 1 ਹੁੰਦਾ ਹੈ। ਠੀਕ ਹੈ, ਸੋ ਦੈਨ ਆਫ ਦਾ 10th ਕੁਐਸਚਨ ਹੈ ਜੀ ਆਪਣਾ, ਤਾਂ ਵਿੱਚ ਕਲਰ ਆਫ ਲਾਈਟ ਇਜ਼ ਡੈਵੀਏਟਿਡ ਰਿਲੀਜ਼। ਤੁਹਾਨੂੰ ਪਤਾ ਹੈ ਜੀ ਵਿਬ ਗਿਓਰ ਹੁੰਦਾ ਹੈ ਜੀ ਲਾਈਟ, ਦੇ 7 ਕਲਰ ਹੁੰਦੇ ਹਨ। ਵਾਈਟ ਲਾਈਟ ਜੋ ਹੈ 7 ਕਲਰਸ ਵਿੱਚ ਟੁੱਟ ਜਾਂਦੀ ਹੈ, ਜਿਸ ਨੂੰ ਕਿਹਾ ਜਾਂਦਾ ਹੈ ਡਿਸਪਰਸ਼ਨ ਆਫ ਲਾਈਟ। ਠੀਕ ਹੈ, ਡਿਸਪਰਸ਼ਨ ਆਫ ਲਾਈਟ, ਤਾਂ ਜਦੋਂ ਡਿਸਪਰਸ਼ਨ ਹੁੰਦੀ ਹੈ ਤਾਂ ਜਦੋਂ ਰੈੱਡ ਜੋ ਹੁੰਦਾ ਹੈ ਇਹ ਸਭ ਤੋਂ ਘੱਟ ਡੈਵੀਏਟ ਹੁੰਦਾ ਹੈ। ਠੀਕ ਹੈ, ਮਤਲਬ ਸਭ ਤੋਂ ਜ਼ਿਆਦਾ ਵਿਖਦਾ ਵੀ ਰੈੱਡ ਹੈ, ਸਭ ਤੋਂ ਘੱਟ ਡੈਵੀਏਟ ਵੀ ਹੁੰਦਾ ਹੈ। ਠੀਕ ਹੈ, ਅਤੇ ਰੈੱਡ ਡਾਈਵੇਟ ਘੱਟ ਹੁੰਦਾ। ਠੀਕ ਹੈ, ਕਿਉਂਕਿ ਇਸਦੀ ਹਾਈ ਵੇਵ ਲੈਂਥ ਹੈ, ਹਾਈ ਵੇਵ ਲੈਂਥ ਹੈ। ਆਕਾਸ਼ ਆਪਾਂ ਨੂੰ ਨੀਲਾ ਕਿਉਂ ਦਿਖਦਾ ਹੈ? ਕਿਉਂਕਿ ਜੋ ਬਲੂ ਹੈ ਇਹ ਸਭ ਤੋਂ ਜ਼ਿਆਦਾ ਖਿੰਡਦਾ ਹੈ, ਡੈਵੀਏਟ ਜ਼ਿਆਦਾ ਹੁੰਦਾ ਹੈ। ਬਲੂ ਮਤਲਬ ਜੋ ਸਭ ਤੋਂ ਜ਼ਿਆਦਾ ਖਿੰਡੇਗਾ ਨਾ ਉਹ ਸਭ ਤੋਂ ਜ਼ਿਆਦਾ ਵਿਖਦਾ ਹੈ। ਠੀਕ ਹੈ, ਤਾਂ ਬਲੂ ਸਭ ਤੋਂ ਜ਼ਿਆਦਾ ਆਪਾਂ ਨੂੰ ਖਿੰਡਦਾ ਹੈ, ਤਾਂ ਇਹ ਬਲੂ ਸਭ ਤੋਂ ਜ਼ਿਆਦਾ ਵਿਖਦਾ ਹੈ। ਤਾਂ ਸਿੰਪਲੀ ਤੁਸੀਂ ਯਾਦ ਰੱਖਣਾ ਕਿ ਰੈੱਡ ਸਭ ਤੋਂ ਘੱਟ ਡੈਵੀਏਟ ਹੁੰਦਾ ਹੈ, ਰੈੱਡ ਸਭ ਤੋਂ ਘੱਟ ਡੈਵੀਏਟ ਹੁੰਦਾ ਹੈ, ਕਿਉਂਕਿ ਇਸਦੀ ਹਾਈ ਵੇਵ ਲੈਂਥ ਹੈ। ਅਤੇ ਜੋ
ਵਾਈਟ ਲਾਈਟ ਹੈ, ਠੀਕ ਹੈ, ਉਸਨੂੰ ਅਗਰ ਪ੍ਰਿਜ਼ਮ ਦੇ ਥਰੂ ਆਪਾਂ 7 ਕਲਰਸ ਵਿੱਚ ਵੰਡ ਸਕਦੇ ਹਾਂ, ਠੀਕ ਹੈ ਜੀ, ਵਿਬ ਗਿਓਰ। ਸੋ ਦੈਨ ਆਪਣਾ 11th ਕੁਸ਼ਚਨ ਹੈ, ਤਾਂ ਅਕੋਰਡਿੰਗ ਟੂ ਅ ਰਿਪੋਰਟ, ਤਾਂ ਹਾਲ ਹੀ ਦੇ ਵਿੱਚ ਕਰੰਟ ਅਫੇਅਰ ਦੀ ਇੱਕ ਰਿਪੋਰਟ ਚੱਲ ਰਹੀ ਸੀ, ਠੀਕ ਹੈ, ਤਾਂ ਜਿਸ ਦਾ ਨਾਮ ਹੈ ਜੀ ਐਨਰਜੀ ਕਨਵਰਜ਼ਨ ਇੰਡੈਕਸ, ਜਾਂ ਇਸ ਨੂੰ ਕਹਿ ਸਕਦੇ ਹਾਂ ਐਨਰਜੀ ਟ੍ਰਾਂਜੀਸ਼ਨ ਇੰਡੈਕਸ, ਠੀਕ ਹੈ, ਟ੍ਰਾਂਜੀਸ਼ਨ ਇੰਡੈਕਸ ਇਸ ਦਾ ਨਾਮ ਸੀ, ਠੀਕ ਹੈ। ਅਤੇ ਇਹ ਜੋ ਇੰਡੈਕਸ ਹੈ, ਇਸ ਦੇ ਅਨੁਸਾਰ 115 ਕੰਟਰੀਆਂ ਦਾ ਇੱਕ ਸਰਵੇ ਕੀਤਾ ਗਿਆ, ਠੀਕ ਹੈ, ਜਿਸ ਵਿੱਚ ਕਿਹਾ ਗਿਆ ਕਿ ਮਤਲਬ ਜੋ ਸਭ ਤੋਂ ਜ਼ਿਆਦਾ ਸੌਰ ਊਰਜਾ ਵਾਲੇ, ਠੀਕ ਹੈ, ਜਾਂ ਰੀਨਿਊਏਬਲ ਸੋਰਸ ਨੂੰ ਵਰਤ ਰਿਹਾ ਹੈ ਉਸਨੂੰ ਨੰਬਰ 1 ਰੈਂਕ ਦਿੱਤੀ ਗਈ, ਠੀਕ ਹੈ, ਅਤੇ ਜੋ ਘੱਟ ਵਰਤ ਰਿਹਾ ਉਸਨੂੰ ਲਾਸਟ 'ਤੇ ਰੈਂਕ ਦਿੱਤੀ ਗਈ। ਤਾਂ ਸਵੀਡਨ ਦਾ ਰੈਂਕ ਹੈ ਜੀ ਨੰਬਰ 1, ਅਤੇ ਸਿਰਫ ਆਪਾਂ ਆਪਣੀ ਇੰਡੀਆ ਦਾ ਰੈਂਕ ਯਾਦ ਰੱਖਣਾ ਹੈ, ਇੰਡੀਆ ਦਾ ਰੈਂਕ ਹੈ ਜੀ 87th। ਤਾਂ ਐਨਰਜੀ ਕਨਵਰਜੇਸ਼ਨ ਇੰਡੈਕਸ, ਠੀਕ ਹੈ, ਜਾਂ ਐਨਰਜੀ ਟ੍ਰਾਂਜੀਸ਼ਨ ਇੰਡੈਕਸ, ਇਸ ਨੂੰ ਜਾਰੀ ਕਰਦਾ ਹੈ ਜੀ ਵਰਲਡ ਇਕੋਨੋਮਿਕ ਫੋਰਮ, ਠੀਕ ਹੈ, WEF, ਯਾਨੀ ਵਰਲਡ ਇਕੋਨੋਮਿਕ ਫੋਰਮ, ਤਾਂ ਜਿਸ ਦੇ ਹੈੱਡਕੁਆਟਰ ਹਾਂਜੀ ਸਵਿਟਜ਼ਰਲੈਂਡ ਦੇ ਵਿੱਚ। ਅਤੇ ਵਰਲਡ ਇਕੋਨੋਮਿਕ ਫੋਰਮ ਨੇ 2020 ਦੇ ਵਿੱਚ ਕ੍ਰਿਸਟਲ ਅਵਾਰਡ ਕਿਸ ਨੂੰ ਦਿੱਤਾ? ਵਰਲਡ ਇਕੋਨੋਮਿਕ ਫੋਰਮ ਹਰ ਸਾਲ ਕ੍ਰਿਸਟਲ ਅਵਾਰਡ ਦਿੰਦਾ ਹੈ, ਠੀਕ ਹੈ ਜੀ, ਹਰ ਸਾਲ ਕ੍ਰਿਸਟਲ ਅਵਾਰਡ ਦਿੰਦਾ ਹੈ। ਅਤੇ 2020 ਦਾ ਇੰਪੋਰਟੈਂਟ ਕਿਉਂ ਹੈ? ਕਿਉਂਕਿ 2020 ਦਾ ਜੋ ਕ੍ਰਿਸਟਲ ਅਵਾਰਡ ਕਿਸ ਨੂੰ ਮਿਲਿਆ? ਦੀਪਿਕਾ ਪਾਦੂਕੋਨ ਨੂੰ, ਠੀਕ ਹੈ। ਤਾਂ ਇੰਨਾ ਕੁਛ ਤੁਸੀਂ ਯਾਦ ਰੱਖਣਾ ਹੈ ਕਿ 2020 ਦਾ ਜੋ ਕ੍ਰਿਸਟਲ ਅਵਾਰਡ ਹੈ ਦੀਪਿਕਾ ਪਾਦੂਕੋਨ ਨੂੰ ਮਿਲਿਆ, ਅਤੇ ਐਨਰਜੀ ਜੋ ਟ੍ਰਾਂਜੀਸ਼ਨ ਇੰਡੈਕਸ ਹੈ ਜਾਂ ਐਨਰਜੀ ਕਨਵਰਜ਼ਨ ਇੰਡੈਕਸ ਹੈ, ਇਸ ਵਿੱਚ ਸਵੀਡਨ ਨੰਬਰ 1 ਤੇ ਹੈ, ਅਤੇ ਇੰਡੀਆ ਦਾ ਰੈਂਕ ਹੈ ਜੀ 87। ਸੋ ਦੈਨ ਮੋਸਟ ਇੰਪੋਰਟੈਂਟ ਕੁਸ਼ਚਨ ਹੈ ਜੀ, ਤਾਂ ਹੂ ਇਜ਼ ਦਾ ਆਥਰ ਆਫ ਵਿੰਗਸ ਆਫ ਫਾਇਰ? ਵਿੰਗਸ ਆਫ ਫਾਇਰ, ਤਾਂ ਇਹ ਆਟੋਬਾਇਓਗ੍ਰਾਫੀ ਹੈ ਜੀ ਆਪਣੀ ਮਹਾਨ ਜੋ ਨਿਊਕਲੀਅਰ ਸਾਇੰਟਿਸਟ ਸੀ, ਜਿਹਨਾਂ ਨੂੰ ਮਿਸਾਈਲ ਮੈਨ ਆਫ ਇੰਡੀਆ ਕਿਹਾ ਜਾਂਦਾ ਹੈ, ਠੀਕ ਹੈ ਜੀ। ਤਾਂ APJ ਅਬਦੁਲ ਕਲਾਮ ਜੀ ਦੀ ਇਹ ਹੈ ਜੀ ਆਟੋਬਾਇਓਗ੍ਰਾਫੀ, ਠੀਕ ਹੈ। ਤਾਂ ਚਿਲਡਰਨਸ ਨਾਈਟ, ਚਿਲਡਰਨਸ ਮਿਡ ਨਾਈਟ, ਇਹ ਹੈ ਜੀ ਸਲਮਾਨ ਰਸ਼ਦੀ ਦੀ ਪੁਸਤਕ, ਠੀਕ ਹੈ। ਰਸਕਿਨ ਬੋਂਡ, ਤੁਸੀਂ ਗਾਣਾ ਸੁਣਿਆ ਉਹਨੇ ਰਸ਼ਕੇ ਕਮਰ, ਯਾਨੀ ਅ ਸੌਂਗ ਆਫ ਇੰਡੀਆ, ਅ ਸੌਂਗ ਆਫ ਇੰਡੀਆ ਰਸਕਿਨ ਬੋਂਡ, ਠੀਕ ਹੈ। ਤੁਸੀਂ ਇਹ ਯਾਦ ਕਰ ਲਓ ਕਿ ਅ ਸੌਂਗ ਆਫ ਇੰਡੀਆ ਹੈ ਜੀ ਰਸਕੇ ਕਮਰ, ਤਾਂ ਉੱਥੇ ਤੁਹਾਨੂੰ ਯਾਦ ਹੋ ਜਾਏਗਾ ਕਿ ਅ ਸੌਂਗ ਆਫ ਇੰਡੀਆ ਹੈ ਜੀ ਰਸਕਿਨ ਬੋਂਡ ਦੀ, ਠੀਕ ਹੈ। ਅਤੇ ਬੁੱਕਰ ਪ੍ਰਾਈਜ਼ ਜਿੱਤਣ ਵਾਲੇ ਡਗਲਸ ਸਟੂਅਰਟ, ਉਹਨਾਂ ਦੀ ਪੁਸਤਕ ਹੈ ਜੀ ਸ਼ਗੀ ਬੇਨ, ਤਾਂ ਇਹ ਤਾਂ ਤੁਹਾਨੂੰ ਯਾਦ ਹੀ ਹੋ ਚੁੱਕੀ ਹੋਏਗੀ, ਸ਼ਗੀ ਬੇਨ ਬੁੱਕਰ ਪੁਰਸਕਾਰ ਜਿੱਤਿਆ ਜੀ ਡਗਲਸ ਸਟੂਅਰਟ ਨੇ। ਅਤੇ ਵਿੰਗਸ ਆਫ ਫਾਇਰ ਹੈ ਜੀ APJ ਅਬਦੁਲ ਕਲਾਮ ਜੀ ਦੀ ਆਟੋਬਾਇਓਗ੍ਰਾਫੀ, ਠੀਕ ਹੈ ਜੀ। ਤਾਂ ਨੈਕਸਟ ਵੀ ਆਪਣੇ ਕੋਲ ਬੁੱਕਸ ਐਂਡ ਔਥਰ ਨਾਲ ਰਿਲੇਟਡ ਇੱਕ ਕੁਸ਼ਚਨ ਆ ਚੁੱਕਿਆ ਹੈ ਜੀ, ਗਲਿਪਸਿਸ ਆਫ ਵਰਲਡ ਹਿਸਟਰੀ, ਇਹ ਕਿਸ ਦੀ ਪੁਸਤਕ ਹੈ, ਠੀਕ ਹੈ ਜੀ, ਵਿਸ਼ਵ ਇਤਿਹਾਸ ਦੀ ਝਲਕ, ਜਾਂ ਆਪਾਂ ਕਹਿ ਸਕਦੇ ਹਾਂ ਗਲਿਪਸਿਸ ਆਫ ਵਰਲਡ ਹਿਸਟਰੀ, ਤਾਂ ਇਹ ਆਪਣੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੀ ਪੁਸਤਕ ਹੈ। ਇਸ ਤੋਂ ਇਲਾਵਾ ਉਹਨਾਂ ਦੀ ਕਿਹੜੀ ਪੁਸਤਕ ਹੈ ਜੀ? ਦ ਡਿਸਕਵਰੀ ਆਫ ਇੰਡੀਆ, ਮੋਸਟ ਇੰਪੋਰਟੈਂਟ ਹੈ ਜੀ, ਦ ਡਿਸਕਵਰੀ ਆਫ ਇੰਡੀਆ, ਠੀਕ ਹੈ। ਅਤੇ ਬਾਕੀ ਜੋ ਲੇਖਕ ਹਨ ਉਹਨਾਂ ਦੀ ਵੀ ਆਪਾਂ ਬੁੱਕਸ ਨੂੰ ਇੱਥੇ ਲਿਖਾਂਗੇ। ਐਂਡ ਮੁਲਕ ਰਾਜ ਅਨੰਤ, ਤਾਂ ਇੰਗਲਿਸ਼ ਵਿੱਚ ਕਾਫੀ ਮੰਨੇ ਪ੍ਰਮੰਨੇ ਲੇਖਕ ਸਨ, ਠੀਕ ਹੈ। ਅਨਟੱਚੇਬਲ ਇਹਨਾਂ ਦੀ ਪੁਸਤਕ ਹੈ, ਅਨਟੱਚੇਬਲ। ਐਂਡ ਕੁਲੀ ਵੀ ਇਹਨਾਂ ਦੀ ਪੁਸਤਕ ਹੈ, ਜਿਸ 'ਤੇ ਫਿਲਮ ਵੀ ਬਣੀ ਹੋਈ ਹੈ, ਠੀਕ ਹੈ, ਕੁਲੀ। ਐਂਡ ਅਕਰੋਸ ਦਾ ਬਲੈਕ ਵਾਟਰਸ, ਤਾਂ MK ਗਾਂਧੀ ਜੀ ਦੀ ਪੁਸਤਕ ਕਿਹੜੀ ਹੈ? ਮੋਹਨਦਾਸ ਕਰਮਚੰਦ ਗਾਂਧੀ ਜੀ ਦੀ। ਤਾਂ ਹਿੰਦ ਸਵਰਾਜ ਵੀ ਹੈ ਇੱਕ, ਠੀਕ ਹੈ। ਐਂਡ ਇੱਕ ਤੁਹਾਨੂੰ ਸਭ ਨੂੰ ਪਤਾ ਹੈ ਕਿ ਸੱਤਿਆ ਸੇ ਮੇਰੇ ਪ੍ਰਕਾਸ਼, ਜਾਂ
ਯਾਨੀ ਮੇਰੇ ਮਾਈ ਐਕਸਪੈਰੀਮੈਂਟਸ ਵਿਦ ਟਰੁੱਥ, ਠੀਕ ਹੈ, ਮਾਈ ਐਕਸਪੈਰੀਮੈਂਟਸ ਵਿਦ ਟਰੁੱਥ। ਹੋਰ ਇਹਨਾਂ ਦੇ ਜੋ ਪੋਲੀਟੀਕਲ ਗੁਰੂ ਸੀ ਗੋਖਲੇ, ਤਾਂ ਉਹਨਾਂ ਲਈ ਵੀ ਇਹਨਾਂ ਨੇ ਪੁਸਤਕ ਲਿਖੀ ਹੈ ਗੋਖਲੇ ਮਾਈ ਪੋਲੀਟੀਕਲ ਗੁਰੂ, ਠੀਕ ਹੈ, ਮਾਈ ਐਕਸਪੈਰੀਮੈਂਟਸ ਵਿਦ ਟਰੁੱਥ ਵੀ ਹੈ, ਠੀਕ ਹੈ, ਐਂਡ ਗੋਖਲੇ ਮਾਈ ਪੋਲੀਟੀਕਲ ਗੁਰੂ, ਗੋਖਲੇ ਮਾਈ ਪੋਲੀਟੀਕਲ ਗੁਰੂ, ਠੀਕ ਹੈ ਜੀ। ਐਂਡ ਇੱਕ ਇਹ ਜੋ ਆਪਣੇ ਫਸਟ ਪ੍ਰੈਜ਼ੀਡੈਂਟ ਸਨ ਡਾਕਟਰ ਰਜਿੰਦਰ ਪ੍ਰਸ਼ਾਦ, ਇਹਨਾਂ ਦੀ ਪੁਸਤਕ ਬਾਰੇ ਕਾਫੀ ਲੋਕਾਂ ਨੂੰ ਪਤਾ ਨਹੀਂ ਹੁੰਦਾ, ਪਰ ਇਹਨਾਂ ਦੀ ਪੁਸਤਕ ਬਹੁਤ ਇੰਪੋਰਟੈਂਟ ਹੈ ਅਤੇ ਕਾਫੀ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਹੁੰਦੀ। ਇਹਨਾਂ ਦੀ ਪੁਸਤਕ ਹੈ ਜੀ ਇੰਡੀਆ ਡਿਵਾਈਡਿਡ, ਠੀਕ ਹੈ, ਇੰਡੀਆ ਡਿਵਾਈਡਿਡ ਤੋਂ ਕਨਫਿਊਜ਼ ਹੋ ਜਾਂਦੇ ਆਪਾਂ, ਪਰ ਇੰਡੀਆ ਡਿਵਾਈਡਿਡ ਪੁਸਤਕ ਹੈ ਜੀ ਡਾਕਟਰ ਰਾਜੇਂਦਰ ਪ੍ਰਸ਼ਾਦ, ਠੀਕ ਹੈ, ਇੰਡੀਆ ਡਿਵਾਈਡਿਡ ਡਾਕਟਰ ਰਾਜੇਂਦਰ ਪ੍ਰਸ਼ਾਦ। ਤਾਂ ਇਸ ਕੁਐਸਚਨ ਦਾ ਰਾਈਟ ਆਂਸਰ ਹੈ ਜੀ ਜਵਾਹਰ ਲਾਲ ਨਹਿਰੂ ਗਲਿਪਸਿਸ ਆਫ ਵਰਲਡ ਹਿਸਟਰੀ। ਸੋ ਦੈਨ ਹੈ ਜੀ ਆਪਣਾ 14th ਕੁਐਸਚਨ, 14th ਕੁਐਸਚਨ ਨੂੰ ਪੜ੍ਹਦੇ ਹਾਂ ਜੀ। ਦਾ ਫਸਟ ਰੇਲਵੇ ਲਾਈਨ ਇੰਡੀਆ, ਠੀਕ ਹੈ, ਤਾਂ ਪਹਿਲੀ ਰੇਲਵੇ ਜੋ ਲਾਈਨ ਸੀ ਇੰਡੀਆ ਵਿੱਚ, ਤੁਹਾਨੂੰ ਪਤਾ ਹੈ ਅੰਗਰੇਜ਼ਾਂ ਦੇ ਸ਼ਾਸਨ ਕਾਲ ਵਿੱਚ ਡਲਹੌਜੀ ਨੇ ਵਿਛਾਈ ਜੀ, ਠੀਕ ਹੈ, ਮੁੰਬਈ ਤੋਂ ਲੈ ਕੇ ਪੁਣੇ ਤੱਕ, ਠੀਕ ਹੈ, 34 ਕਿਲੋਮੀਟਰ ਦੀ ਰੇਲਵੇ ਲਾਈਨ ਵਿਛਾਈ ਗਈ, ਠੀਕ ਹੈ, ਮੁੰਬਈ ਤੋਂ ਥਾਣੇ ਤੱਕ, ਠੀਕ ਹੈ, ਮੁੰਬਈ ਤੋਂ ਥਾਣੇ ਲਿਖ ਲੈਂਦੇ ਹਾਂ ਆਪਾਂ। ਮੁੰਬਈ ਨੂੰ ਉਸ ਟਾਈਮ ਬੋਂਬੇ ਕਿਹਾ ਜਾਂਦਾ ਸੀ, ਬੋਂਬੇ ਟੂ ਥਾਣੇ ਸੀ ਜੀ 34 ਕਿਲੋਮੀਟਰ ਦੀ, ਅਤੇ ਚਲਾਈ ਗਈ ਜੀ 16 ਅਪ੍ਰੈਲ 1853, ਠੀਕ ਹੈ, 16 ਅਪ੍ਰੈਲ 1853 ਨੂੰ ਪਹਿਲੀ ਟ੍ਰੇਨ ਚਲਾਈ ਗਈ, ਠੀਕ ਹੈ। ਅਤੇ ਇੰਡੀਆ ਜਾਂ ਵਰਲਡ ਦਾ, ਠੀਕ ਹੈ, ਵਰਲਡ ਦਾ ਜੋ ਲਾਰਜੈਸਟ ਪਲੈਟਫਾਰਮ ਕਿਹੜਾ ਹੈ, ਠੀਕ ਹੈ, ਵਰਲਡ ਦਾ ਲਾਰਜੈਸਟ ਜੋ ਪਲੈਟਫਾਰਮ ਹੈ ਉਹ ਜੀ ਆਪਣਾ ਗੋਰਖਪੁਰ ਪਲੈਟਫਾਰਮ, ਠੀਕ ਹੈ, ਤੁਹਾਨੂੰ ਪਤਾ ਹੈ ਕਿ ਗੋਰਖਪੁਰ ਪਲੈਟਫਾਰਮ ਹੈ ਜੀ ਵਰਲਡ ਦਾ ਸਭ ਤੋਂ ਲਾਰਜੈਸਟ। ਅਤੇ ਤੁਸੀਂ ਦੱਸੋ ਕਿ ਪੰਜਾਬ ਵਿੱਚ ਜੋ ਰੇਲ ਕੋਚ ਫੈਕਟਰੀਆਂ ਹਨ, ਠੀਕ ਹੈ, ਪੰਜਾਬ ਵਿੱਚ ਜੋ ਰੇਲ ਕੋਚ ਯਾਨੀ ਰੇਲਾਂ ਦੇ ਡੱਬੇ ਬੰਦੇ ਹਨ, ਉਹ ਤੁਸੀਂ ਮੈਨੂੰ ਦੱਸਣਾ ਹੈ ਕਿ ਕਮੈਂਟ ਬਾਕਸ ਵਿੱਚ ਉਹ ਕਿੱਥੇ ਬੰਦੇ ਹਨ, ਰੇਲ ਕੋਚ ਫੈਕਟਰੀ ਕਿੱਥੇ ਹੈ ਪੰਜਾਬ ਦੇ ਵਿੱਚ, ਠੀਕ ਹੈ, ਰੇਲ ਕੋਚ ਫੈਕਟਰੀ ਕਿੱਥੇ ਹੈ ਜੀ ਆਪਣੇ ਪੰਜਾਬ ਦੇ ਵਿੱਚ, ਠੀਕ ਹੈ। ਤੋ ਸਿੰਪਲੀ ਤੁਸੀਂ ਮੈਨੂੰ ਇਸ ਦਾ ਆਨਸਰ ਕਮੈਂਟ ਬਾਕਸ ਵਿੱਚ ਦੇਣਾ ਹੈ। ਸੋ ਲਾਸਟ ਕੁਐਸਚਨ ਦੀ ਗੱਲ ਕਰਦੇ ਹਾਂ, ਤਾਂ ਸਵਾਮੀ ਵਿਵੇਕਾਨੰਦ, ਠੀਕ ਹੈ, ਜਿਨ੍ਹਾਂ ਦਾ ਬਰਥਡੇ ਹੁੰਦਾ ਹੈ ਜੀ 12 ਜਨਵਰੀ, ਤਾਂ 12 ਜਨਵਰੀ ਨੂੰ ਆਪਾਂ ਕੀ ਮਨਾਉਂਦੇ ਹਾਂ ਜੀ, ਨੈਸ਼ਨਲ ਯੂਥ ਡੇ, ਠੀਕ ਹੈ, ਨੈਸ਼ਨਲ ਯੂਥ ਡੇ, ਤਾਂ ਜ਼ਰੂਰ ਯਾਦ ਰੱਖਿਓ ਨੈਸ਼ਨਲ ਯੂਥ ਡੇ 12 ਜਨਵਰੀ ਨੂੰ, ਸਵਾਮੀ ਵਿਵੇਕਾਨੰਦ ਜੀ ਦਾ ਇਸ ਦਿਨ ਜਨਮ ਦਿਨ ਹੁੰਦਾ ਹੈ, ਠੀਕ ਹੈ ਜੀ। ਅਤੇ ਜੋ ਵਰਲਡ ਯੂਥ ਡੇ ਹੈ ਇਹ 12 ਅਗਸਤ ਨੂੰ ਮਨਾਇਆ ਜਾਂਦਾ ਹੈ, ਠੀਕ ਹੈ, ਵਰਲਡ ਯੂਥ ਡੇ, ਵਿਸ਼ਵ ਪੱਧਰ 'ਤੇ ਜੋ ਯੂਥ ਡੇ ਮਨਾਇਆ ਜਾਂਦਾ ਹੈ ਉਹ 12 ਅਗਸਤ ਨੂੰ ਮਨਾਇਆ ਜਾਂਦਾ ਹੈ, ਅਤੇ ਰਾਸ਼ਟਰੀ ਪੱਧਰ 'ਤੇ ਯੂਥ ਡੇ ਮਨਾਇਆ ਜਾਂਦਾ ਹੈ ਜੀ 12 ਜਨਵਰੀ। ਤਾਂ ਆਪਣੇ ਕੁਛ ਕੋਰਸਿਸ ਜੋ ਰੀਸੈਂਟਲੀ ਲਾਂਚ ਹੋਏ ਹਨ, ਕੋਪਰੇਟਿਵ ਬੈਂਕ ਦਾ, ਠੀਕ ਹੈ ਜੀ, ਇੰਗਲਿਸ਼ ਮਾਸਟਰ ਕੈਡਰ ਦਾ, ਐਂਡ EDT ਸੈਕਿੰਡ ਪੇਪਰ ਦਾ, ਜਿਸ ਵਿੱਚ ਟੋਪਿਕ ਵਾਈਜ਼ ਥਿਊਰੀ ਕਰਾਈ ਜਾਏਗੀ, MCQs ਕਰਾਏ ਜਾਣਗੇ, PDFs ਵੀ ਮਿਲਣਗੇ, ਠੀਕ ਹੈ, ਐਂਡ 2 ਭਾਸ਼ਾਈ ਕੋਰਸ ਹੁੰਦਾ ਹੈ ਜੀ, ਤੁਹਾਨੂੰ ਸਭ ਨੂੰ ਪਤਾ ਹੈ ਆਪਣਾ। ਅਤੇ NTT 8893 ਭਰਤੀ ਦਾ ਕੋਰਸ ਚੱਲ ਰਿਹਾ ਹੈ ਜੀ, 10 ਦੇ 10 ਸਬਜੈਕਟ, ਠੀਕ ਹੈ, ਪ੍ਰੀ ਰਿਕਾਰਡ ਲੈਕਚਰਸ, ਵੀਡੀਓ ਲੈਕਚਰਸ, PDF ਨੋਟਸ ਵਿਦ ਟੋਪਿਕ ਵਾਈਜ਼ MCQs। ਪਰ ਤੁਸੀਂ ਛੋਟੇ ਕੋਰਸ ਦੀ ਵੀ ਤਿਆਰੀ ਕਰ ਸਕਦੇ ਹੋ, ਟੈਟ ਬਜ਼ਰ ਐਪਲੀਕੇਸ਼ਨ ਨੂੰ ਸਿੰਪਲੀ ਤੁਸੀਂ ਇੰਸਟਾਲ ਕਰਕੇ ਡੈਮੋ ਲੈਕਚਰਸ ਵੇਖ ਸਕਦੇ ਹੋ। PS ਟੈਟ ਪੇਪਰ 1 ਦਾ ਕੋਰਸ ਵੀ ਚੱਲ ਚੁੱਕਿਆ ਹੈ ਜੀ, ਪੇਪਰ 2 ਵਿੱਚ SST ਮੈਥ ਐਂਡ ਸਾਇੰਸ ਦਾ ਵੀ ਤੁਸੀਂ ਸੈਪਰੇਟ ਕੋਰਸ ਵੀ ਲੈ ਸਕਦੇ ਹੋ। ਤਾਂ ਇਹ ਹੈ ਜੀ ਆਪਣੀ ਵੀਡੀਓ ਦਾ ਐਂਡ, ਹੋਪ ਸੋ ਤੁਹਾਨੂੰ ਸਮਝ ਆਇਆ ਹੋਏਗਾ, ਠੀਕ ਹੈ ਜੀ। ਤਾਂ ਕਿਵੇਂ ਲੱਗੀ ਵੀਡੀਓ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਵੀ ਦੱਸ ਸਕਦੇ ਹੋ, ਐਂਡ ਮਿਲਦੇ ਹਾਂ ਜੀ ਆਪਣੇ ਸੈਟ ਨੰਬਰ 18 ਦੇ ਵਿੱਚ।